ਆਟੋ ਤੇ ਇੱਕੋ ਚਿਰਾਗ ਸੀ, ਬੁੱਝ ਗਿਆ। ਇਹਨਾਂ ਦੇ ਬਾਰੇ ਕਲਮ ਕਾਰਵਾਈ ਹੋਣੀ ਚਾਹੀਦੀ। ਤਾਹਾਂ ਮਾਰ ਮਾਰ ਕੇ ਰੋ ਰਹੀਆਂ ਔਰਤਾਂ ਉਹ ਨੇ ਜਿਨ੍ਹਾਂ ਦੇ ਨੌਜਵਾਨ ਦੀ ਭੇਟ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਪੁੱਤ ਨਸ਼ੇ ਦਾ ਆਦੀ ਸੀ, ਜਿਸ ਕਰਕੇ ਉਹ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਉਸਨੂੰ ਉਲਟੀਆਂ ਆਈਆਂ। ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋਈ ਹੈ। ਪੁਲਿਸ ਨੇ ਕਿਹਾ ਕਿ 10 ਮਹੀਨੇ ਪਹਿਲਾਂ ਉਸਨੇ ਚਿੱਟਾ ਛੱਡ ਦਿੱਤਾ ਸੀ, ਪੇਂਟਰ ਦਾ ਕੰਮ ਕਰਦਾ ਸੀ, ਤਾਂ ਅਚਾਨਕ ਘਰ ਆ ਕੇ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸਦੀ ਦਰਦਨਾਕ ਮੌਤ ਹੋਈ ਹੈ। ਤਾਂ ਦੂਜੇ ਪਾਸੇ ਪਰਿਵਾਰ ਹੈ, ਉਹ ਕਹਿ ਰਿਹਾ ਕਿ ਚਿੱਟੇ ਦਾ ਆਦੀ ਹੋਣ ਕਰਕੇ ਉਸ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਤਸਵੀਰਾਂ ਸਮਾਣਾ ਦੇ ਪਿੰਡ ਬੜੈਚਾ ਤੋਂ ਸਾਹਮਣੇ ਆਈਆਂ ਨੇ। ਸ਼ੱਕੀ ਹਾਲਾਤਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਪਤਾ ਚੱਲੇਗਾ ਕਿ ਆਖਿਰਕਾਰ ਮੌਤ ਦੇ ਪਿੱਛੇ ਕੀ ਕਾਰਨ ਸਨ। ਦੱਸ ਦਈਏ ਕਿ ਉਲਟੀਆਂ ਲੱਗਣ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋਈ। ਪਰਿਵਾਰ ਦੇ ਮੁਤਾਬਿਕ ਨੌਜਵਾਨ ਚਿੱਟੇ ਦਾ ਆਦੀ ਸੀ, ਨਸ਼ਾ ਇਸ ਇਲਾਕੇ ਦੇ ਵਿੱਚ ਸ਼ਰੇਆਮ ਵਿਕ ਰਿਹਾ ਔਰ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ। ਕਾਕੇ ਦਾ ਨਾਮ ਕੀ ਤੁਹਾਡੇ? ਅਜੇ ਅਜੇ ਹਾਂਜੀ। ਕਿੰਨੇ ਸਾਲ ਦਾ ਸੀ? 22-21 ਸਾਲ ਦਾ ਸੀ। ਕੀ ਹੋਇਆ ਇਹਨੂੰ, ਮਤਲਬ ਕੀ? ਬਸ ਚਿੱਟੇ ਦਾ ਮਾੜਾ ਮੋਟਾ ਨਸ਼ਾ ਸੀ ਇਹਨੂੰ 2-3 ਮਹੀਨਿਆਂ ਤੋਂ। ਕਿੱਥੋਂ ਲੱਗਿਆ ਸੀ? ਇੱਥੋਂ ਹੀ ਲੱਗਿਆ ਸੀ, ਮੁਰਾਦਪੁਰੇ ਤੋਂ ਹੀ। ਚਿੱਟੇ ਦਾ? ਚਿੱਟੇ ਦਾ। ਟੀਕੇ ਲਾਉਂਦਾ ਸੀ? ਟੀਕੇ ਹੀ ਲਾਉਂਦਾ ਸੀ, ਕਈ ਵਾਰ ਸੁੰਘਦਾ ਵੀ ਸੀ ਉਹਨੂੰ ਨਸ਼ੇ ਨੂੰ ਲਿਆ ਕੇ। ਹੁਣ ਇਹ ਨਹੀਂ ਪਤਾ ਕੱਲ ਕੀ ਖਾਦਾ ਕੀ ਨਹੀਂ, ਨਸ਼ਾ ਜਿਹਾ ਵਿੱਚ ਪੂੜੀਆਂ 'ਚ ਤੇ ਕਰਕੇ ਇੱਕੋ ਹੀ ਵੱਡਾ ਸੀ, ਹੋਰ ਕੁਛ ਨਹੀਂ। ਹਾਂਜੀ। ਕਿੰਨੇ ਬੱਚੇ ਤੁਹਾਡੇ? ਇੱਕੋ ਹੀ ਬੇਟਾ, ਇੱਕ ਬੇਟਾ ਇੱਕ ਬੇਟੀ ਹੈ, ਬੇਟੀ ਬੇਟੀ। ਹਾਂਜੀ। ਤੇ ਨਸ਼ਾ ਬੰਦ ਹੋਣਾ ਚਾਹੀਦਾ? ਹਾਂਜੀ, ਨਸ਼ਾ ਬੰਦ ਹੋਣਾ ਚਾਹੀਦਾ। ਮਾਵਾਂ ਦੀ ਤਾਂ ਕੁੱਖਾਂ ਖਾਲੀਆਂ ਹੋ ਗਈਆਂ ਨਸ਼ੇ ਵਿੱਚ, ਕੀ ਕਰੀਏ? ਹੈ ਕੁਛ ਨਹੀਂ ਸਾਡੇ ਪੱਲੇ, ਤਾਂ ਹੁਣ ਸਾਡਾ ਤਾਂ ਇੱਕੋ ਚਿਰਾਗ ਸੀ, ਬੁੱਝ ਗਿਆ। ਇਹਨਾਂ ਦੁਬਾਰਾ ਕਲਮ ਕਾਰਵਾਈ ਹੋਣੀ ਚਾਹੀਦੀ। ਇੱਕ ਮਾਂ ਦੀ ਕੋਖ ਉਜਾੜ ਦਿੰਦਾ ਬੱਚਾ ਨਸ਼ਾ। ਹੁਣ ਦੇਖੋ ਰੋ ਰਹੀ ਹੈ ਮਾਂ ਬੈਠ ਕੇ, ਉਜੜ ਗਈ ਨਾ ਮਾਂ ਇਹ ਨਸ਼ੇ ਕਰਕੇ। ਇਹ ਨਸ਼ਾ ਬੰਦ ਹੋਣਾ ਚਾਹੀਦਾ, ਸਰਕਾਰ ਨੂੰ ਬੰਦ ਕਰਨਾ ਚਾਹੀਦਾ ਇਹ ਨਸ਼ਾ। ਤੁਹਾਡਾ ਕੀ ਨਾਮ ਦੱਸਿਆ? ਕਮਲਾ ਰਾਣੀ। ਜੇ ਕੁਮਾਰ ਕੀ ਕੰਮ ਕਰਦਾ ਸੀ? ਦਿਹਾੜੀ ਮਜ਼ਦੂਰੀ ਕਰਦਾ ਸੀਗਾ ਜੀ, ਤੇ ਨਸ਼ਾ ਨੁਸ਼ਾ ਵੀ ਕਰਦਾ ਸੀਗਾ। ਨਸ਼ਾ ਕਿਸ ਚੀਜ਼ ਦਾ ਕਰਦਾ ਸੀ? ਚਿੱਟੇ ਚੁੱਟੇ ਦਾ ਵੀ ਕਰਦਾ ਸੀਗਾ। ਚਿੱਟੇ ਦਾ ਕਰਦਾ? ਹਾਂਜੀ। ਤੇ ਅਸੀਂ ਕਿੱਥੋਂ ਲੈਂਦਾ ਸੀ ਇਹ ਕੁਛ ਪਤਾ ਨਹੀਂ ਜੀ। ਕਿੰਨੇ ਟਾਈਮ ਦਾ ਕਰਦਾ ਚਿੱਟੇ ਦਾ ਨਸ਼ਾ? ਇਹ ਵੀ ਅਜੇ ਕੋਈ ਪਤਾ ਨਹੀਂ ਸੀ। ਮੈਂ ਬਾਹਰ ਰਹਿੰਦਾ ਜੀ, ਬਾਹਰ ਅਸੀਂ ਕਰਨਾਲ ਰਹਿੰਦੇ ਹਾਂ ਦੋਏ ਜੀ, ਇਹ ਉੱਥੇ ਰਹਿੰਦੇ ਸੀ ਇਕੱਲੇ, ਦੋਏ ਮੀਆਂ ਬੀਬੀ। ਅੱਜ ਸਾਨੂੰ ਡਾਕਟਰ ਸਾਹਿਬ ਵੱਲੋਂ ਤਲਾਹ ਆਈ ਸੀ ਵੀ ਇੱਕ ਅਜੇ ਕੁਮਾਰ ਦਾ ਨਾਂ ਲੜਕਾ, ਜਿਸ ਦੀ ਦੁਰਾਨੇ ਇਲਾਜ ਇੱਥੇ ਮੌਤ ਹੋ ਗਈ ਹੈ, ਕੋਈ ਜ਼ਹਿਰੀਲੀ
ਚੀਜ਼ ਖਾਣ ਨਾਲ ਜ਼ਹਿਰੀਲੀ ਲਿਖਿਆ ਸੀ ਮੈਸੇਜ 'ਚ। ਅੱਛਾ ਜੀ। ਅਤੇ ਕਾਰਵਾਈ ਇਸ ਤੋਂ ਬਾਅਦ ਅਜੇ ਕੁਮਾਰ ਦੇ ਫਿਰ ਅਸੀਂ ਅੱਜ ਉਹਦੇ ਫਾਦਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲੈ ਰਹੇ ਹਾਂ। ਇਹ ਅੱਜ ਤੋਂ ਪਹਿਲਾਂ ਤਕਰੀਬ 8-9 ਮਹੀਨੇ ਪਹਿਲਾਂ ਨਸ਼ਾ ਵਗੈਰਾ ਹੁਣ ਤਾਂ ਛੱਡ ਗਿਆ ਸੀ ਇਹ, ਅਤੇ ਦਵਾਈ ਵਗੈਰਾ ਖਾਂਦਾ ਸੀ। ਨਹੀਂ, ਇਸ ਦੀ ਮਦਰ ਵੀ ਦੱਸ ਰਹੇ, ਪਿਤਾ ਜੀ ਵੀ ਦੱਸ ਰਹੇ ਵੀ ਨਸ਼ਾ ਤੋਂ 3-4 ਮਹੀਨੇ ਤੋਂ ਕਰਨ ਲੱਗੇ, ਪਰ ਸਰਾਬ ਸ਼ੁਰੂ ਪੈਂਦਾ ਸੀ। ਹੁਣ ਇਹ ਜ਼ਿਆਦਾ, ਹੁਣ ਤਾਂ ਇਹ ਪੈਂਟਰ ਦਾ ਕੰਮ ਕਰਦਾ ਸੀ, 8-9 ਮਹੀਨੇ ਤੋਂ ਪਹਿਲਾਂ ਖਾਂਦਾ, ਫਿਰ ਛੱਡ ਗਿਆ ਸੀ, ਅਤੇ ਹੁਣ ਇਹ ਦਵਾਈ ਵਗੈਰਾ ਖਾਂਦਾ ਸੀ। ਕੱਲ੍ਹ ਇਹਨੇ ਕਿਤੇ ਭੁਲੇਖੇ ਨਾਲ ਆਪਣੇ ਘਰ ਕੋਈ ਗਲਤ ਦਵਾਈ ਖਾ ਲਈ ਹੈ, ਉਹਦੇ ਨਾਲ ਇਹਨੂੰ ਉਲਟੀਆਂ ਲੱਗ ਗਈਆਂ, ਅਤੇ ਬੇਹੋਸ਼ੀ ਦੀ ਹਾਲਤ 'ਚ ਇਹਦੇ ਚਾਚੇ ਦਾ ਮੁੰਡਾ ਕਰਮਚੰਦ ਇਹਨੂੰ ਇੱਥੇ ਲੈ ਆਇਆ। ਇਹਦਾ ਫਾਦਰ ਕਰਨਾਲ ਸੀ, ਅਤੇ ਕਰਨਾਲ ਤੋਂ ਤਲਾਹ ਦਿੰਦੇ ਤਾਂ ਫਾਦਰ ਘਰ ਇੱਥੇ ਸ਼ਾਮੀ ਪਹੁੰਚ ਗਿਆ, ਜਿਹਦੀ ਕੱਲ੍ਹ ਹੀ ਦੌਰਾਨੇ ਇਲਾਜ ਮੌਤ ਹੋ ਗਈ ਸੀ। ਕਾਰ ਵੀ 174,000 ਰੁਪਏ 'ਚ ਲਿਆ ਰਿਹਾ ਸੀ, ਅਤੇ ਡਾਕਟਰ ਸਾਹਿਬਾ ਤੋਂ ਪੋਸਟਮਾਰਟਮ ਕਰਾਂ, ਜੋ ਪੋਸਟਮਾਰਟਮ 'ਚ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ। ਠੀਕ ਹੈ।